ਤੁਸੀਂ ਉਹ ਤਾਜ ਦੇ ਬਾਸ ਪੰਜਾਬ ਚ ਤੁਸੀਂ ਉਹ ਤਾਜ ਦੇ ਝੰਡੇ ਕੱਟ ਦਿਓ ਝੰਡੇ ਕੱਟ ਦਿਓ ਸਿੰਘੋ ਖਾਲਸੇ ਦੇ ਰਾਜ ਦੇ ਝੰਡੇ ਕੱਟ ਦਿਓ ਸਿੰਘੋ ਖਾਲਸੇ ਦੇ ਰਾਜ ਦੇ सिखी दा बूटा गुरु नानक ने लाए पानी दी था खून बाजा बालड़े ने पाया है सिखी दा बूटा बाबे नानक ने लाया है पानी दी था खून बाजा बालड़े ने पाया है सिखी दा बूटा गुरु नानक ने लाया है पानी दी था खून बाजा बालड़े ने पाया है सिखी दा बूटा बाबे नानक ने लाया है पानी दी था खून बाजा बालड़े ने पाया है मालिक बनागा गुरु राज भाग दे मालिक बनागा गुरु राज भाग दे झंडे कट दियो झंडे कट दियो सिंगो खालसे दे राज दे झंडे कट दियो सिंगो खालसे दे राज दे ਸ਼ਹੀਦੀਆਂ ਉਹਨਾਂ ਦੇ ਬੁੱਲ ਪੈਣਗੇ ਬਦਲੇ ਸਿੰਘਾਂ ਦੇ ਸਿੰਘ ਜ਼ਾਲਮਾਂ ਤੋਂ ਲੈਣਗੇ ਭਾਵੇਂ ਜੋ ਸ਼ਹੀਦੀਆਂ ਉਹਨਾਂ ਦੇ ਬੁੱਲ ਪੈਣਗੇ ਬਦਲੇ ਸਿੰਘਾਂ ਦੇ ਸਿੰਘ ਜ਼ਾਲਮਾਂ ਤੋਂ ਲੈਣਗੇ ਭਾਵੇਂ ਜੋ ਸ਼ਹੀਦੀਆਂ ਉਹਨਾਂ ਦੇ ਬੁੱਲ ਪੈਣਗੇ ਬਦਲੇ ਸਿੰਘਾਂ ਦੇ ਸਿੰਘ ਜ਼ਾਲਮਾਂ ਤੋਂ ਲੈਣਗੇ ਭਾਵੇਂ ਜੋ ਸ਼ਹੀਦੀਆਂ ਉਹਨਾਂ ਦੇ ਬੁੱਲ ਪੈਣਗੇ ਬਦਲੇ ਸਿੰਘਾਂ ਦੇ ਸਿੰਘ ਜ਼ਾਲਮਾਂ ਤੋਂ ਲੈਣਗੇ निशान पंथ महाराज दे झूल दे निशान पंथ महाराज दे झंडे कट दियो झंडे कट दियो सिंघो खालसे दे राज दे झंडे कट दियो सिंघो खालसे दे राज दे ਸੀ ਜਿਨਾ ਬਾਰੀਆਂ ਜਵਾਨੀਆਂ ਮੋਰਾ ਵਾਲੀ ਉਹਨਾਂ ਦੀਆਂ ਤਨ ਕੁਰਬਾਨੀਆਂ ਸਿੱਖੀ ਲਈ ਹੱਸੀ ਜਿਨਾ ਬਾਰੀਆਂ ਜਵਾਨੀਆਂ ਮੋਰਾ ਵਾਲੀ ਉਹਨਾਂ ਦੀਆਂ ਤਨ ਕੁਰਬਾਨੀਆਂ ਸਿੱਖੀ ਲਈ ਹੱਸੀ ਜਿਨਾ ਬਾਰੀਆਂ ਜਵਾਨੀਆਂ ਮੋਰਾ ਵਾਲੀ ਉਹਨਾਂ ਦੀਆਂ ਤਨ ਕੁਰਬਾਨੀਆਂ ਸਿੱਖੀ ਲਈ ਹੱਸੀ ਜਿਨਾ ਬਾਰੀਆਂ ਜਵਾਨੀਆਂ ਮੋਰਾ ਵਾਲੀ ਉਹਨਾਂ ਦੀਆਂ ਤਨ ਕੁਰਬਾਨੀਆਂ पुजारी सच दी आवाज दे बस पुजारी सच दी आवाज दे झंडे कट दियो झंडे कट दियो सिंघो खालसे दे राज दे झंडे कट दियो सिंघो खालसे दे राज दे झंडे कट दियो सिंघो खालसे दे राज दे वो ਸ਼ਹੀਦਾਂ ਦੇ ਪਾਵਨ ਅਸਥਾਨ ਤੇ ਜੁੜ ਬੈਠੇ ਗੁਰੂ ਖਾਲਸਾ ਜੀ ਸ਼ਹਾਦਤ ਦੇ ਨਸ਼ੀਲੇ ਜਾਮ ਨੂੰ ਉਹ ਕਾਇਰ ਨਹੀਂ ਪੀਂਦੇ ਇਹਨੂੰ ਕੋਈ ਪੀਂਦਾ ਊਧਮ ਸਿੰਘ ਉਹ ਇਹਨੂੰ ਪੀਂਦੇ ਨੇ 20ਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਆ ਭਾਈ ਅਮਰੀਕ ਸਿੰਘ ਜੀ ਵਰਗੇ ਜਰਨਲ ਸੁਵੇਗ ਸਿੰਘ ਜੀ ਵਰਗੇ ਊਧਮ ਸਿੰਘ ਦੇ ਵੀਰ ਪੀਂਦੇ ਨੇ ਡਾਇਰ ਨਹੀਂ ਪੀਂਦੇ ਜੁੜ ਕੇ ਬੈਠੇ ਹੋ ਆਓ ਉਹ ਵੀਰ ਥੋੜੇ ਦਿਨਾਂ ਦੇ ਅੰਦਰ ਨਹੀਂ ਇਹ ਸਾਨੂੰ ਭੁਲੇਖਾ ਉਹ ਮਹਾਨ ਪਾਕ ਚੰਗੀ ਰੂਹ ਇਹ ਐਵੇਂ ਨਹੀਂ ਜਾਣਦੀਆਂ ਬਿਰਲੀਆਂ ਮਾਵਾਂ ਨੇ ਜਿਹੜੀਆਂ ਇਹੋ ਜਿਹੇ ਯੋਧਿਆਂ ਨੂੰ ਜਨਮ ਦਿੰਦੀਆਂ ਤੇ ਜਿਹੜੀਆਂ ਸਾਂਭਦੀਆਂ ਨੇ ਮਰਦਾਂ ਦੀਆਂ ਮਾਵਾਂ ਤੇ ਮੁਰਦਿਆਂ ਦੀਆਂ ਮਾਵਾਂ ਵਿੱਚ ਬੜਾ ਫਰਕ ਹੈ ਵੀਰੋ ਜੋ ਹੋਤੇ ਹੈ ਸੱਚੇ ਦੇਸ਼ ਭਗਤ ਬਹੁਤਾ
उम्मीद नहीं होते, जो होते हैं सच्चे देश भगत वो ना उम्मीद नहीं होते, ये दर्दे वतन के जज्बे हैं जो कभी खरीद नहीं होते। बेदर्द कहता हूँ वो देश है मुर्दों का, बेदर्द कहता हूँ वो देश है मुर्दों का जिसमें पैदा शहीद नहीं होते। शहीदां दे वारस आओ, आ कुछ दिन पहला ओ लहू डोलन वाला लहू भी इना ओए लोकी बारा गाउंदे पई फलाना मरिया इन्ने मन रेत भिज गई, डॉक्टर तहां मार के रो पे ओए ना एदां दा शरीर वेखिया ते ना असी अज ती इना लहू किसे विच वेखिया। ओ लहू ओ जदा शरीर विच दौड़दा सी पंथली तड़फ रखदा, तड़फ भी असी वीरो तुहानू बेनती करां फतेह गजाउणी आ, जिड्डी वड्डी गिणती च बैठे हो जे जकारे गजाउणे हो ना ते जवाब करज के देना चाहीदा। ओ मेरे भराओ मेरी ओ भैणो, ओ गुरु गोबिंद सिंह साहिब जी दे साजे नवाजे वीर सपुत्रो, ओ वीर ने पुछिया सी ना भई आ फड़ना के आ, ओए गुरु गोबिंद सिंह दे पुत्र श्री साहिब फड़ा के गया, श्री अकाल ए श्री साहिब आ मान साहिब वाली जेदे उन्हां दे दस्ते मुबारक दर्शन करते रहे हैं, ए श्री साहिबां जे प्यार करते हो ना, ओए गुरमुख प्यारियो जे अदब देने हो ओए फिर श्री दस्तारा सजा लो ते गातरिया तीन तीन फुटियां पा लो। ਸ੍ਰੀ ਅਕਾਲ ਓਏ ਸਾਨੂੰ ਨਹੀਂ ਚਾਹੀਦੇ, ਅਸੀਂ ਆਦਮ ਕਰਦੇ ਹਾਂ ਸਭ ਦਾ, ਪਰ ਅਸੀਂ ਇਹਦੇ ਆਸ਼ਕ ਹਾਂ, ਆਸ਼ਕ ਨਹੀਂ, ਇਹ ਮਾਰਨ ਵਾਸਤੇ ਵੀ ਨਹੀਂ ਪਾਉਣੀਆਂ ਐਵੇਂ ਹੀ ਕਿਸੇ ਨੂੰ। ਦੂਜੀ ਗੱਲ ਤੇ ਇਹ ਨਿਰੀਆਂ ਬੁੜੀਆਂ ਕੜਾ ਪ੍ਰਸ਼ਾਦ ਚ ਫੇਰਨ ਵਾਸਤੇ ਵੀ ਨਹੀਂ, ਇਹ ਨਹੀਂ ਵੀ ਬਸ ਭੋਗ ਹੀ ਲਾਉਣਾ, ਇਹ ਜੂਸ ਨਹੀਂ ਪੀਂਦੀਆਂ, ਇਹ ਖੂਨ ਵੀ ਪੀਂਦੀਆਂ, ਪਰ ਇਹ ਨਹੀਂ ਵੀ ਐਵੇਂ ਕਿਸੇ ਗਰੀਬ ਗੁਰਬੇ ਦਾ। ਖਾਲਸਾ ਜੀ ਇਹ ਸ੍ਰੀ ਸਾਹਿਬ ਦੇ ਵਿੱਚ ਬੜੀ ਵੱਡੀ ਪਾਵਰ ਹੈ, ਇਹ ਇਹ ਸ੍ਰੀ ਸਾਹਿਬ ਨੇ ਜੰਗ ਲੜੀ ਹੈ ਤੇ ਅੱਜ ਵੀ ਲੜ ਰਹੇ ਨੇ ਖਾਲਸਾ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਕਿਰਪਾ, ਉਹਨਾਂ ਖੰਡੇ ਦੀ ਧਾਰ ਚੋਂ ਜਨਮ ਦੇ ਕੇ ਅੰਮ੍ਰਿਤ ਤੋਂ ਬੜਾ ਸਾਡਾ ਲਾ ਦਿੱਤਾ ਡੇਰਾ, ਉਹਨੀ ਅੰਮ੍ਰਿਤ ਛਕਾ ਕੇ ਅਮਰ ਕੀਤਾ ਸਾਨੂੰ ਹਨੇਰੇ ਚੋਂ, ਕੱਢਿਆ ਬਖਾਇਆ ਸਵੇਰਾ, ਉਹਨੀ ਫੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ ਤੇ ਬੱਜਰ ਕਰੈਕਟਾਂ ਤੋਂ ਬਚਣਾ ਸਿਖਾਇਆ, ਸਿਰ ਨੂੰ ਧਰ ਕੇ ਤਲੀ ਦੇ ਉੱਤੇ ਤੇਗਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ, ਜੇ ਕਿਤੇ ਸ਼ਾਂਤੀ ਬਖਾਉਣੀ ਵੀ ਪੈ ਜਾਏ ਸਾਨੂੰ ਬੰਦ ਬੰਦ ਹੀ ਆਪਣਾ ਕਟਾਉਣਾ ਵੀ ਆਉਂਦਾ, ਪਰ ਜੇ ਲੋੜ ਪੈ ਜਾਏ ਕਿਤੇ ਵੀਰਤਾ ਦੀ ਆ ਬਿਨਾਂ ਸਿਰ ਤੋਂ ਲੜਕੇ ਬਖਾਉਣਾ ਵੀ ਆਉਂਦਾ, ਇਹ ਕਰ ਦਿੰਦੇ ਖੁੰਡੀਆਂ ਰੰਬੀ ਦੀਆਂ ਧਾਰਾਂ ਧੜਕਦੇ ਕਦੇ ਨਹੀਂ ਖੋਪਰ ਲਾਉਂਦੇ, ਓਏ ਲੈ ਜਾ ਵੇਖੋ ਕਿ ਕੋਈ ਗੈਰਾਂ ਦੇ ਟੋਲੇ ਰੋਟੀ ਦੀ ਫੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ, ਚੜਿਆ ਵੇ ਹਿੰਦ ਤੇ ਕੋਈ ਨਾਦਰ ਦਾ ਚਾਚਾ, ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ, ਮੈਲੀ ਅੱਖੇ ਜੇ ਕੋਈ ਪੰਥ ਵੱਲ ਵੇਖੇ, ਇਹ ਦੀਪ ਸਿੱਧੂ ਕਹਿ ਕੇ ਮੈਂ ਤੋਂ ਸੁਣਦਾ ਹੁੰਦਾ ਸੀ, ਮੈਲੀ ਅੱਖੇ ਜੇ ਕੋਈ ਪੰਥ ਵੱਲ ਵੇਖੇ ਫੇ ਅੱਖ ਸੋਨਾ ਆਨੀਆਂ ਡਾਲਾਂ ਤੇ ਠੋਕਣ ਲਈ ਬਣਿਆ, ਇਹ ਪੰਥ ਜਿਉਂਦਾ ਰਿਹਾ ਹੈ ਉਹ ਦੁਸ਼ਟੋ ਸੁਣੋ, ਆ ਜਿਉਂਦਾ ਰਹੇਗਾ ਕਿਹਨੂੰ ਕਿਹਨੂੰ ਮਾਰੋਗੇ, ਇਹ ਪੰਥ ਜਿਉਂਦਾ ਰਿਹਾ ਹੈ, ਇਹ ਜਿਉਂਦਾ ਰਹੇਗਾ, ਇਹ ਕੜਕਦਾ ਰਿਹਾ ਹੈ, ਇਹ ਕੜਕਦਾ ਰਹੇਗਾ, ਇਹ ਕਲੀਆਂ ਤੋਂ ਕੋਮਲ ਤੇ ਪੱਥਰਾਂ ਤੋਂ ਕੜਕਦਾ, ਇਹ ਕੜਕਦਾ ਕੜਕਦਾ ਭੜਕਦਾ ਰਹਾ ਹੈ, ਇਹ ਕੜਕਦਾ ਕੜਕਦਾ ਭੜਕਦਾ ਰਹੇਗਾ, ਇਹ ਦੁੱਖਾਂ ਵਿੱਚ ਸੁੱਖਾਂ ਵਿੱਚ ਜੰਗਲਾਂ ਵਿੱਚ ਮੰਗਲਾਂ ਵਿੱਚ ਰੋੜਾਂ ਵਿੱਚ ਰੱਕੜਾਂ ਵਿੱਚ ਮੰਜਰਾਂ ਵਿੱਚ ਖੜਾਂ ਵਿੱਚ ਗੜਿਆਂ ਵਿੱਚ ਮੀਆਂ ਵਿੱਚ ਸਰਹੰਦ ਦੀਆਂ ਨੀਹਾਂ ਵਿੱਚ, ਇਹ ਸਰਹੰਦ ਦੀਆਂ ਨੀਹਾਂ ਵਿੱਚ ਇਹ ਬੜਦਾ ਰਿਹਾ, ਓਈ ਲਹੂ ਉਹ ਸੁੱਚੇ ਲਹੂ ਵਿੱਚ ਰਲਿਆ ਦੀਪ ਸਿੱਧੂ ਦੇ ਰੂਪ। ਵੀਰੋ ਬਹੁਤਾ ਸਮਾਂ ਮੈਂ ਵੀ ਨਹੀਂ ਚਾਹੁੰਦਾ, ਮੈਂ ਵੀ ਸੁਣਨਾ ਚਾਹੁੰਦਾ ਜਿਹੜੀਆਂ ਮਹਾਨ ਹਸਤੀਆਂ ਇਹ ਮਹਾਨ ਯੋਧੇ ਬੁੱਢੇ ਜਰਨੈਲ ਸਾਡੇ ਇਹ ਲਕਮ ਦੇ ਕੇ ਗਿਆ ਵੀਰਾ, ਵੀਰੋ ਨਵਾਂ ਹੀ ਨਗਮ ਆ ਹੁਣੀ ਤੁਹਾਤੋਂ ਹੀ ਪਰਿਵਾਰ ਤੋਂ ਉਸ ਚਾਚੇ ਤੋਂ ਭਗਤ ਸਿੰਘ ਦਾ ਜ਼ਿਕਰ ਛੱਡਦਾ ਨਾ, ਗੁੜਤੀ ਚਾਚੇ ਅਜੀਤ ਸਿੰਘ ਦੀ ਸੀ ਤੇ ਦੀਪ ਸਿੱਧੂ ਦਾ ਜ਼ਿਕਰ ਛਿੜਦਾ ਛਿੜੇਗਾ ਤੇ ਗੁੜਤੀ ਚਾਚੇ ਵਿਧੀ ਸਿੰਘ ਦੀ, ਓਏ ਚਾਚਾ ਵਿਧੀ ਸਿੰਘ ਆ ਵੇਖੋ ਇਹ ਵੀ ਬਾਬਾ ਜਰਨੈਲ ਸਿੰਘ ਸਾਹਿਬ ਉਹਨਾਂ ਦੇ ਨਾਲ ਇਹ ਬਜ਼ੁਰਗ ਸਾਡੇ ਇਹਨਾਂ ਦੀ ਸਪਿਰਟ, ਮੈਂ ਇਹਨਾਂ ਤੋਂ ਮੰਗਿਆ
बापू मैनू भी चिणगी दे दे जेड़ी ओनू दित्ती सी। वेखो वीरो अमरवीर अमरदीप सिंह जी गिल साहब उन्हें एक पोस्ट लिखी की लिखिया कहिंदे बारो फोन आया कोई मापे ऐदा नहीं कहिंदे भी मेरा बच्चा निका जिहा दीप वर्गा बन जाए भावे ओहदे तो पांच साल कट्टे ही जी जाए एदी सोच दीप वर्गी हो जाए। वीरो दीप वाली सोच वह कहड़ी सोच है वह खालसा ही सोच है। ये गल बखरी जेड़े कहिंदे ना रड़ाओ ना किसे ना वह दीप नूं रलाउण दी लोड़ नहीं ओहदी अपनी हस्ती वह उच्ची आ जिथे 20वीं सदी दे मर्द दी बात वह बहुत उच्ची है। वह बजुर्ग उन्हां नूं अपने वड्डे मंदा सी आपां भी आदम देना पैरा देना शस्त्रधारी होना कलगी धर दे पुत्र धीओ हुण शस्त्रधारी होके जीओ। श्री साहब एदे विच बड़ी पावर है अस कृपान खंडो खड़क तुपकत्वर तीर साहब सरोही सहथी यह हमारे पीर एने साडे पीर निशान साहब। हुण मैं गल कहण लगा ते पीरां ने तरन्नम च नगमा कह देना गदार दी तख्ती देण वाले ओ दुष्टो गदार दी तख्ती देण वालियो इन्ना सोच लियो ओए इन्ना सोच लियो लाल लाल किले दी हिक ते ओए लोफर चढ़िया नहीं करदे लाल किले दी हिक ते जोधे चढ़दे आ मर्द चढ़दे आ ओ साडा मर्द भरा चढ़िया सी और दसिया निशान साहब ऐ चलाउंदे रहे ते चला के दसिया झूल ते निशान रहे पंथ महाराज के गा के दसिया राज करेगा खालसा। ए संकल्प जो गुरुआं दा सी वो जंग जनरेशन नूं समझा के दसिया समुचे वर्ल्ड च अज वीरे दे तस्वीर ओदियां फोटो लग रहियां शहीदां च प्यारियां च जोधियां च जरनैलां च ए कौन दे रिहा मान ओ कहिंदा सी ना अकाल पुरख दा वरतारा वरतदा आ वरतदा अकाल पुरख दा वरतारा पीरो ए ठीक किते पहला तुर पैंदे पर हुण भी तुर पए हो मुड़ियो ना मेरी हाजरी कली मेरी नहीं श्रोमणी पंथ अकाली बुढ़ा दल बाबा जी सिंह साहिब बलवीर सिंह जी सत्कारयोग दल पंथ संप्रदाय बाबा विधि चंद शीना गुरु का सीना बाबा अवतार सिंह जी हाजिर बैठे ने आए समुचे निहंग सिंह उन्हें सारे वालों भी दास आसरा दे रहा फतेह जाके नाली वीर का नगमा वो सुनियो जरूर जागदियां जमीरां वाले हो तुसी मर्दो इत्थे मुर्दारू आई नहीं सकती वीर अमर सूर में दास दे नाम ते जंग ढिलो वो नवा जवान सिरे का नगमा लिखिया आ थोड़ा जा सुनाने पूरा जरूर सुनियो और खालसा जी आओ समुचे निहंगा पुचंगा जोधिया जरनैला नू जिथे फतेह गजाउनी है उन्हां वल्लों दास तुहानू फतेह गजाउंदा वाहिगुरु जी का खालसा वाहिगुरु जी की फतेह। मर्द मरते नहीं मर्द अमर हुंदे ने कद अणख सिदक तो बिना जगत ते नामे हुंदे ने छोटी उम्र मौत भी आंदे लाड़े तामे हुंदे ने छोटी उम्र मौत भी आंदे लाड़े तामे हुंदे ने ओ वक्त ते बिपता कदे टोलिया टाले नहीं करदे वक्त ते बिपता कदे टोलिया टलिया नहीं करदे ਸ਼ਹਿਰਾਂ ਦੇ ਗਿੱਦੜਾਂ ਦੇ ਨਾਲ ਰਲਿਆ ਨਹੀਂ ਕਰਦੇ ਹੱਕਦਾਰ ਦੀ ਤਖਤੀ ਦੇਣ ਵਾਲਿਓ ਇੰਨਾ ਸੋਚ ਲਿਆ ਗਦਾਰ ਦੀ ਤਖਤੀ ਦੇਣ ਵਾਲਿਓ ਇੰਨਾ ਸੋਚ ਲਿਓ ਲਾਲ ਕਿਲੇ ਤੇ ਇੱਕ ਤੇ ਲਾਲ ਕਿਲੇ ਦੀ ਇੱਕ ਤੇ ਲੋਫਰ ਚੜਿਆ ਨਹੀਂ ਕਰਦੇ लाल किले दी हक ते लोफर चढ़िया नहीं कर दे अमर हुंदे ने सदा सूर में मरिया नहीं कर दे अमर हुंदे ने सदा सूर में मरिया नहीं कर दे आप कित
ਮੋੜਿਆ ਰਾਮ ਮੌਤ ਦਾ ਮੁੜ ਗਿਆ ਜੋਧੇ ਨੂੰ ਕਿੱਥੋਂ ਮੋੜਿਆ ਰਾਮ ਮੌਤ ਦਾ ਮੁੜ ਗਿਆ ਜੋਧੇ ਨੂੰ ਲੱਖਾਂ ਅੱਖਾਂ ਰੋਂਦੀਆਂ ਨੇ ਅੱਜ ਤੁਰ ਗਿਆ ਜੋਧੇ ਨੂੰ ਹੋ ਪਿਆ ਝੁਰਤ ਤੋਂ ਜਿਗਾ ਤੇ ਮੇਲਾ ਬਿਨਾ ਝੁਰਤ ਤੋਂ ਜਿਗਾ ਤੇ ਮੇਲੇ ਭਰਿਆ ਨਹੀਂ ਕਰਦੇ लड़िया नहीं करी दे बनके हो चढ़ते जेड़े छपता सकते ना वो सूरज बनके चढ़ते जेड़े छपता सकते ने पर बल्लभ बनके कदे चंद्र में चढ़िया नहीं करी दे पर बल्लभ बनके कदे चंद्र में चढ़िया नहीं करी दे हुंदे ने सदा सूर में मरिया नहीं कर दे सूर में आने सदा निकल दी दिल जो हूक जही पुड़ैल बाड़िया जंग टलुआ तेरी कलम बंदूक जही पुड़ैल बाड़िया जंग टलुआ तेरी कलम बंदूक जही सूर बीरां दे सिवे कदे भी थरिया नहीं कर दे नकिया दी प्रवाह कदे भी दरिया नहीं करदे ओ नकिया दी प्रवाह कदे भी दरिया नहीं करदे अमर हो जांदे सदा सूर में मरिया नहीं करदे अमर हुंदे ने सदा सूर में मरिया नहीं करदे अमर हुंदे ने सदा सूर में मरिया मेले भरते ने ते संतां दी तस्वीर तो बैरी अज भी डरदे ने ते ए गल भी जोड़नी पएगी दीप सिद्धुआ तेरी तकरीर तो बैरी अज भी डरदे ने ओ योधे नू वीरो दो चार मिनट दस भी पजा की जिंदगियां समर्पित करिए एकजुट होइए सियाने सुन जे सज्जन पंथ दे अंदर हैन सरदार सिमरनजीत सिंह जी मान साहब सरदार अजमेर सिंह जी बुद्धि जी भी डॉक्टर साहब अज डॉक्टर सुखप्रीत सिंह जी उद्धो के सारे ही परिवार सिद्धू परिवार ओ मां जे एक मां ने जन्म दिता ते एक मां ने बब्बर शेर पुत पालिया अद्धी राते भी दीप सिद्धू घर आके प्रशादा छकदा सी अद्धी राते भी माता उठ के कले अपने पुत नू नहीं ਉਹ ਪੁੱਤ ਦੇ ਨਾਲ ਮਨਜੀਤ ਕਰਤਾਰਪੁਰ ਵਰਗੇ ਆ ਹਰਨੇਕ ਸਿੰਘ ਵੀਰ ਫੌਜੀ ਸਿੰਘ ਵਰਗੇ ਵੀਰ ਸਮੀਰ ਸਿੰਘ ਵਰਗੇ ਸਿਮਰ ਸਿੰਘ ਵਰਗੇ ਔਰ ਦੂਜੇ ਸਿੱਧੂ ਸਾਹਿਬ ਇਹਨਾਂ ਸਾਰੇ ਵੀਰਿਆਂ ਨੂੰ ਐ ਹੱਥੀ ਮਾਇਆ ਛਕਾਉਂਦੀ ਸੀ ਅੱਜ ਆਪਾਂ ਸਾਰੇ ਇਕਜੁੱਟ ਰਹਿਣਾ ਜਾਪਤੇ ਜੋ ਸਿਆਣੇ ਕਹਿੰਦੇ ਨੇ ਉਹ ਮੰਨ ਕੇ ਚੱਲਣਾ ਖਾਲਸਾ ਜੀ ਪਰ ਉਹ ਜਿਹੜੀ ਹਿਰਦੇ 'ਚ ਅੱਗ ਬਾਲ ਗਿਆ ਇਹ ਬੁਝਣ ਨਹੀਂ ਦੇਣੀ ਆਓ ਆਪਣੇ ਵੀਰੇ ਨੂੰ ਕੌਮੀ ਜੈਕਾਰੇ ਪੰਥ ਦੇ ਉਹ ਜੈਕਾਰੇ ਜਿਹੜੇ ਸ਼ਹੀਦਾਂ ਦੇ ਨੇ ਤੇ ਸ਼ਹੀਦਾਂ ਦੀ ਯਾਦ 'ਚ ਗਜਾਏ ਜਾਂਦੇ ਨੇ ਗੱਜ ਕੇ ਜਗਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸ੍ਰੀ ਅਕਾਲ ਗੁਰਬਰੀ ਅਕਾਲ ਚਿੱਤਿਆਂ ਬਾਜਾ ਵਾਲੇ ਸਤਰੋ ਰੱਖਦੇ ਬਿਰਦ ਬਣੇ ਦੀ ਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਫੌਜਾਂ ਦੇ ਮਾਲਕੋ ਸਤਿਗੁਰੂ ਪਿਆਰ ਵਰ ਤਿਆਰ ਸੱਚੇ ਪਾਤਸ਼ਾਹ ਜੀਓ ਖਾਲਸਾ ਜਪੇ ਅਕਾਲ ਹੀ ਅਕਾਲ ਵਾਹਿਗੁਰੂ
चढ़ती कला हूं मैं नाम लैन लगा बहुत ने प्रबंध का भी सिंह साहब हरपाल सिंह जी सारिया फौजा ह्योर सेवा केड़े केड़े सिंघां दा कहां सारी दल पंथ बिहीरा कत के पहुंचे धन्यवाद भुलां दी मुआफी आओ अगला प्रोग्राम सुनना सारा सुनना भी ध्यान दे नाल सारिया ने ए साडा अपना प्रोग्राम वो साडे वीर दा वो साडी जिंद जान साडा भरा ओ मेरे निक्के जे सदे ते पिंड चल गया कोई है ही नहीं सी टुट्टी मंजी दे उत्ते बिठाई बैठ रखिया ओदे ते बैठा रिया ओ धरती दे नाल जुड़िया होया वीरा ओनू प्रणाम करो ते सारे आखो जी सारियां दा धन्नवाद वाहिगुरु जी का खालसा वाहिगुरु जी की फतेह। बहुत इस्तकार जो गुरु रूप गुरु सारे खालसा जी मैं बहुत ही धन्नवाद करदा ज्ञानी तरसेम सिंह जी मोरां वाली जिन्होंने बहुत ही सीमित समय दे विच क्योंकि ये तो इवें दे बुलारे ने कि असी दो तीन घंटे भी कह देंदे ते इन्होंने अपना प्रसंग लगातार जारी रखना सी पर फिर भी उन्होंने समय की नज़ाकत को समझदिया बड़े सीमित समय के सरदार संदीप सिंह सिद्धू के बारे और उसके सुनेहे के बारे जो नौजवानों को देना चाहता सी उसकी सांझ पाई है। जम्मू कश्मीर तो सरदार नरेंद्र सिंह खालसा ते भाई अशमीत सिंह सारी संगत के वलों हाजरी लवा रहे हैं। अनुराधा भार्गव एडवोकेट नैशनल प्रेजिडेंट गुरु तेग बहादुर ब्रिगेड वह भी इतने पहुँचे हुए हैं। गुरद्वारा साहब फ्रीमाउंट अमेरिका